ਗੁੱਡ ਮਾਰਨਿੰਗ ਬੱਚਿਓ ਇਹ ਹੈ ਸਾਡਾ ਮੈਥ ਦਾ ਪੇਪਰ ਜਿਹੜਾ L O 8 ਸੀ ਸੈਟਰਡੇ ਸੰਡੇ ਨੂੰ ਪੇਪਰ ਹੋਇਆ ਸੀ ਇਹ ਉਹਦੇ ਮੈਥ ਦੇ ਕੁਝ ਸਵਾਲ ਨੇ ਆਪਾਂ ਸਮਝਦੇ ਨੇ ਸਮਝਾਂਗੇ ਤੇ ਜਿਹੜੇ ਬੱਚਿਆਂ ਨੂੰ ਇਹ ਕੁਐਸਚਨ ਨਹੀਂ ਪਤਾ ਲੱਗੇ ਸੀ ਔਰ ਗਲਤ ਹੋ ਗਏ ਸੀ ਉਹ ਧਿਆਨ ਨਾਲ ਦੇਖਣ ਤੇ ਆਪਣੀ ਕਾਪੀ ਦੇ ਉੱਪਰ ਨੋਟ ਜ਼ਰੂਰ ਕਰਨ ਤਸਵੀਰ ਵਿੱਚ ਕਿੰਨੀਆਂ ਹੋਰ ਗਿੰਦਾ ਜੋੜੀਆਂ ਜਾਣ ਕੇ ਗਿਣਤੀ 10 ਹੋ ਜਾਵੇ ਪਹਿਲਾਂ ਅਸੀਂ ਗਿਣ ਲੈਨੇ ਸਾਡੇ ਕੋਲ ਕਿੰਨੀਆਂ ਗਿੰਦਾ ਹੈ ਇੱਕ 2 3 4 5 6 7 8 ਗਿੰਦਾ ਸਾਡੇ ਕੋਲੇ ਪਹਿਲਾਂ ਹੈਗੀਆਂ ਨੇ ਤਾਂ ਅਸੀਂ ਇੱਥੇ ਹੋਰ ਕਿੰਨੀਆਂ ਗਿੰਦਾ ਪਾਈਏ ਕਿ ਸਾਡੇ ਕੋਲੇ 10 ਹੋ ਜਾਣ ਪਾ ਕੇ ਦੇਖ ਲੈਣੇ ਪਹਿਲਾਂ ਇੱਕ 8 ਤੇ ਇੱਕ 9 ਹੋ ਗਈਆਂ ਇੱਕ ਹੋਰ ਪਾ ਲੈਣੇ ਆ 8 9 10 ਮਤਲਬ ਦੋ ਗਿੰਦਾ ਜੇ ਅਸੀਂ ਹੋਰ ਪਾ ਦਾਂਗੇ ਤਾਂ ਸਾਡੇ ਕੋਲੇ ਗਿਣਤੀ ਗਿੰਦਾ ਦੀ 10 ਹੋ ਜਾਊਗੀ অপਸ਼ਨ ਪਹਿਲਾ ਦੂਜਾ ਹੈ ਕੁਐਸਚਨ ਬੇਟਾ ਜੀ ਤਸਵੀਰ ਵਿੱਚ ਗਿਣ ਤਾਰਾ ਕਿਹੜੀ ਸੰਖਿਆ ਦਰਸਾਉਂਦਾ ਹੈ ਅਸੀਂ ਗਿਣਤੀ ਕਰਕੇ ਦੇਖਾਂਗੇ 1 2 3 4 5 6 7 ਤਾਂ ਇੱਥੇ ਸਾਡੇ ਕੋਲੇ ਬਣਿਆ 7 ਇੱਥੇ ਕਿੰਨੇ ਮੰਨ ਕੇ ਆ ਬੇਟਾ 1 ਤਾਂ ਟੋਟਲ ਸੰਖਿਆ ਸਾਡੇ ਕੋਲੇ ਬਣੀ 17 ਤੁਸੀਂ ਐਦਾਂ ਹੀ ਗਿਣ ਤਾਰੇ ਵਾਲਾ ਕੋਈ ਵੀ ਕੁਐਸਚਨ ਆਊਗਾ ਤੁਸੀਂ ਐਦਾਂ ਹੀ ਗਿਣਤੀ ਕਰਨੀ ਹੈ ਤੇ ਨੀਚੇ ਲਿਖਣਾ ਤੇ ਸੰਖਿਆ ਤੁਹਾਡੀ ਬਣ ਜਾਊਗੀ ਕਰੰਸੀ ਨੋਟਾਂ ਅਨੁਸਾਰ ਸਹੀ ਸੰਖਿਆ ਚੁਣੋ ਇਹ ਬੇਟਾ ਸਾਨੂੰ ਨੋਟ ਦਿੱਤੇ ਗਏ ਨੇ ਅਸੀਂ ਗਿਣਤੀ ਕਰਕੇ ਦੱਸਣਾ ਹੈ ਸਾਡੇ ਕੋਲ ਕਿੰਨੇ ਪੈਸੇ ਨੇ ਦੇਖੋ 10 ਤੇ 5 ਰੁਪਏ ਦਾ ਨੋਟ ਫਿਰ 1 ਰੁਪਏ ਦਾ ਤੇ 1 ਰੁਪਏ ਦਾ 10 ਔਰ 5 15 15 ਤੇ 1 16 16 ਤੇ 1 17 ਸਾਡੇ ਕੋਲ ਕੁੱਲ ਰੁਪਏ ਨੇ 17 ਠੀਕ ਹੈ ਜੀ ਉਹਨੇ ਕੁਐਸਚਨ ਤੁਸੀਂ ਆਪਣੀ ਮੈਥ ਦੀ ਕਾਪੀ ਦੇ ਉੱਪਰ ਨੋਟ ਕਰੋਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ